ਔਰ ਸਤਸੰਗ ਦੀ ਬੜੀ ਭਾਵਨਾ ਅਤੇ ਪਿਆਰ ਦੇ ਵਿੱਚ ਜਦੋਂ ਅਸੀਂ ਬੇਨਤੀ ਕਰਦੇ ਹਾਂ ਰੋਜ਼ ਸੇਈ ਪਿਆਰੇ ਮੇਲਾਂ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਹੋਵੇ, ਜਿਨ੍ਹਾਂ ਦੀ ਉਡੀਕ, ਜਿਨ੍ਹਾਂ ਦੀ ਉਡੀਕ ਦੇ ਵਿੱਚ ਬੜੇ ਪਿਆਰ ਭਾਵਨਾ ਦੇ ਨਾਲ ਸਾਰੀਆਂ ਸੰਗਤਾਂ ਜੁੜੀਆਂ ਬੈਠੀਆਂ ਹਨ। ਆਓ, ਉਹ ਚੰਦ ਮਿੰਟਾਂ ਦੇ ਵਿੱਚ ਆ ਰਹੇ ਹਨ। ਗੁਰੂ ਰਹਿਮਤ ਕਰੇ ਐਸਾ ਸੰਯੋਗ ਸਦਾ ਹੀ ਬਣਿਆ ਰਹੇ। ਮੇਰੇ ਮਨ ਆ ਗਏ, ਮੇਰੇ ਮਨ ਸਤਿਗੁਰ ਸੇਵ ਸੁਖ ਹੋਈ, ਮੇਰੇ ਮਨ ਸਤਿਗੁਰ ਸੇਵ ਸੁਖ ਹੋਈ, ਜੋ ਇੱਛੋ ਸੋਈ ਫਲ ਪਾਵੋ, ਜੋ ਇੱਛੋ ਸੋਈ ਫਲ ਪਾਵੋ, ਫਿਰ ਦੁੱਖ ਨਾ ਵਿਆਪੈ ਕੋਈ। ਜਪੋ ਮੇਰੇ ਮਨ ਸਤਿਗੁਰ ਸੇਵ ਸੁਖ ਹੋਈ, ਸਤਿਗੁਰ ਸੇਵ ਸੁਖ ਹੋਈ। ਕਿਰਪਾ ਕਰੋ ਦੀਨ ਕੇ ਦਾਤੇ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਤੋਪੈ ਸੁਆਮੀ, ਮਾਟੀ ਕਾ ਕਿਆ ਤੋਪੈ ਸੁਆਮੀ, ਮਾਨਸ ਕੀ ਗਤੇ, ਮਾਨਸ ਕੀ ਗਤੇ, ਮੇਰੇ ਮਨ ਸਤਿਗੁਰ ਸੇਵ ਸੁਖ ਹੋਈ, ਸਤਿਗੁਰ ਸੇਵ ਸੁਖ ਹੋਈ, ਜੋ ਇੱਛੋ ਸੋਈ ਫਲ ਪਾਵੋ, ਜੋ ਇੱਛੋ ਸੋਈ ਫਲ ਪਾਵੋ, ਫਿਰ ਦੁੱਖ ਨਾ ਵਿਆਪੈ ਕੋਈ, ਦੁੱਖ ਨਾ ਵਿਆਪੈ। ਮੇਰੇ ਮਨ ਸਤਿਗੁਰ ਸੇਵ ਜੀ, ਸਤਿਗੁਰ ਸੇਵ ਸੁਖ ਹੋਈ, ਸਤਿਗੁਰ ਸੇਵ ਸੁਖ ਹੋਈ। ਮੇਰੇ ਮਨ ਸਤਿਗੁਰ ਸੇਵ ਸੁਖ ਹੋਈ, ਜੋ ਇੱਛੋ ਸੋਈ ਫਲ ਪਾਵੋ, ਜੋ ਇੱਛੋ ਸੋਈ ਫਲ ਪਾਓ, ਫਿਰ ਦੁੱਖ ਨਾ ਵਿਆਪੈ ਕੋਈ। ਮੇਰੇ ਮਨ ਸਤਿਗੁਰ ਸੇਵ ਸੁਖ ਹੋਈ, ਸਤਿਗੁਰ ਸੇਵ ਸੁਖ ਹੋਈ, ਸਤਿਗੁਰ ਸੇਵ ਸੁਖ ਹੋਈ। ਕਾਚੇ ਭਾਂਡੇ ਸਾਜ ਨਿਵਾਜੇ,
ਕਾਚੇ ਭਾਂਡੇ ਸਾਜ ਨਿਵਾਜੇ ਅੰਤਰ ਜੋਤ ਸਮਾਈ ਅੰਤਰ ਜੋਤ ਸਮਾਈ ਜੈਸਾ ਲਿਖਤ ਲਿਖਿਆ ਤੁਰ ਕਰਤੇ ਜੈਸਾ ਲਿਖਤ ਲਿਖਿਆ ਤੁਰ ਕਰਤੇ ਹਮ ਤੈਸੀ ਕਿਰਤ ਕਮਾਈ ਹਮ ਤੈਸੀ ਕਿਰਤ ਕਮਾਈ ਮੇਰੇ ਮਨ ਜਪੋ ਮੇਰੇ ਮਨ ਮੇਰੇ ਮਨ ਮੇਰੇ ਮਨ ਸਤਿਗੁਰ ਸੇਵ ਸਤਿਗੁਰ ਸੇਵ ਜੋ ਇੱਛੋ ਸੋਈ ਵਲ ਪਾਓ ਜੋ ਇੱਛੋ ਸੋਈ ਵਲ ਪਾਓ ਫਿਰ ਦੁੱਖ ਨਾ ਵਿਆਪੈ ਕੋਈ ਦੁੱਖ ਨਾ ਵਿਆਪੈ ਕੋਈ ਮੇਰੇ ਮਨ ਮੇਰੇ ਮਨ ਮੇਰੇ ਮਨ ਮੇਰੇ ਮਨ ਸਤਿਗੁਰ ਸੇਵ ਜੀ ਸਤਿਗੁਰ ਸੇਵ ਹੋਈ ਮਨ ਤਨ ਥਾਪ ਸਭ ਆਪਣਾ ਮਨ ਤਨ ਥਾਪ ਕੀਆ ਸਭ ਆਪਣਾ ਇਹੋ ਆਵਣ ਜਾਣਾ ਇਹੋ ਆਵਣ ਜਾਣਾ ਜਿਨ ਦੀਆ ਸੋਚਿਤ ਨਾ ਆਵੇ ਸੋਚਿਤ ਨਾ ਆਵੇ ਮੋਹੇ ਅੰਧ ਲਪਟਾਣਾ ਮੋਹੇ ਅੰਧ ਲਪਟਾਣਾ ਜਪੋ ਮੇਰੇ ਮਨ ਮੇਰੇ ਮਨ ਮੇਰੇ ਮਨ ਸਤਿਗੁਰ ਸੇਵ ਆਓ ਸਤਸੰਗ ਜੀ ਅਖੀਰਲੀਆਂ ਪੰਕਤੀਆਂ ਪੜ੍ਹਦੇ ਹੋਏ ਕੀਰਤਨ ਦੀ ਸਮਾਪਤੀ ਹੈ ਜਿਨ ਕੀਆ ਸੋਈ ਪ੍ਰਭ ਜਾਣੇ ਜਿਨ ਸੋਈ ਪ੍ਰਭ ਜਾਣੇ ਹਰ ਕਾ ਮਹਿਲ ਅਪਾਰਾ ਹਰ ਕਾ ਮਹਿਲ ਅਪਾਰਾ ਭਗਤ ਕਰੀ ਹਰ ਕੇ ਗੁਣ ਗਾਵਾਂ ਭਗਤ ਕਰੀ ਹਰ ਕੇ ਨਾਨਕ ਦਾਸ ਤੁਮਾਰਾ ਨਾਨਕ ਦਾਸ ਤੁਮਾਰਾ ਨਾਨਕ ਦਾਸ ਤੁਮਾਰਾ ਮੇਰੇ ਮਨ ਮੇਰੇ ਮਨ ਮੇਰੇ ਮਨ ਸਤਿਗੁਰ ਸੇਵ ਸਤਿਗੁਰ ਸੇਵ ਸੁਖ ਹੋਈ ਜੀ ਸਤਿਗੁਰ ਸੇਵ ਸੁਖ ਹੋਈ ਸਤਿਗੁਰ ਸੇਵ ਸੁਖ ਹੋਈ ਸਤਿਗੁਰ ਸੇਵ ਸੁਖ ਹੋਈ
ਭੁੱਲਾਂ ਚੁੱਕਾਂ ਦੀ ਮਾਫ਼ੀ, ਗੁਰਦੇਵ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਇਹ ਸਨ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਜੀ ਰਸੀਲਾ, ਜੋ ਆਪ ਜੀ ਨੂੰ ਕੀਰਤਨ ਦੁਆਰਾ ਨਿਹਾਲ ਕਰ ਰਹੇ ਸਨ। ਹੁਣ ਆਪ ਸੰਗਤਾਂ ਦੇ ਸਨਮੁਖ ਮਹਾਂਪੁਰਸ਼ਾਂ ਦਾ ਜੋ ਜਥਾ ਆਪ ਜੀ ਨੂੰ ਕੀਰਤਨ ਦੁਆਰਾ ਨਿਹਾਲ ਕਰੇਗਾ। ਮਹਾਂਪੁਰਸ਼ਾਂ ਨੇ ਵੀ ਕੁਝ ਹੀ ਮਿੰਟਾਂ ਵਿੱਚ ਆਪ ਸੰਗਤਾਂ ਦੇ ਸਨਮੁਖ ਹਾਜ਼ਰ ਹੋ ਜਾਣਾ। ਮਹਾਂਪੁਰਸ਼ਾਂ ਦੇ ਅਣਮੁੱਲੇ ਬਚਨ ਵਿਚਾਰਾਂ ਆਪਾਂ ਰੋਜ਼ਾਨਾ ਹੀ ਪਿਛਲੇ ਕਈ ਦਿਹਾੜਿਆਂ ਤੋਂ ਹੀ ਸਰਵਣ ਕਰ ਰਹੇ ਹਾਂ, ਅਤੇ ਆਪ ਜੀ ਇਸੇ ਤਰ੍ਹਾਂ ਹੀ ਗੁਰਦਰਬਾਰ ਦੇ ਵਿੱਚ ਜੁੜ ਕੇ ਹਾਜ਼ਰੀਆਂ ਭਰ ਕੇ ਜੀਵਨ ਦੀਆਂ ਇਹਨਾਂ ਘੜੀਆਂ ਨੂੰ ਸਫਲਾ ਕਰਨਾ ਜੋ ਮਹਾਂਪੁਰਸ਼ਾਂ ਨੇ ਇਹ ਲੁਧਿਆਣਾ ਸ਼ਹਿਰ 'ਤੇ ਕਿਰਪਾ ਕੀਤੀ, ਇਸ ਪਾਵਨ ਸਥਾਨ 'ਤੇ ਜੋ ਇਹ ਜਪ ਤਪ ਸਮਾਗਮ ਪਿਛਲੇ ਕਈ ਦਿਹਾੜਿਆਂ ਤੋਂ ਨਿਰੰਤਰਨ ਰੂਪ ਦੇ ਵਿੱਚ ਹੀ ਬਾਣੀ ਦੇ ਪ੍ਰਵਾਹ ਨਿਰੰਤਰਨ ਚੱਲ ਰਹੇ ਹਨ। ਆਪ ਜੀ ਇਹਨਾਂ ਦੇ ਲਾਹੇ ਲੈ ਰਹੇ ਹੋ। ਹੁਣ ਸਤਿਗੁਰੂ ਜੀ ਦੇ ਚਰਨਾਂ ਵਿੱਚ ਮਹਾਂਪੁਰਸ਼ਾਂ ਦੇ ਜਥਾ ਆਪ ਜੀ ਨੂੰ ਕੀਰਤਨ ਦੁਆਰਾ ਨਿਹਾਲ ਕਰ ਰਹੇ ਨੇ। ਧੰਨ ਗੁਰੂ ਨਾਨਕ। ਹਰ ਜਨ ਸਿਮਰੋ ਹਿਰਦੇ ਰਾ, ਹਰ ਜਨ ਸਿਮਰੋ ਹਿਰਦੇ ਰਾ, ਹਰ ਜਨ ਕੋ ਹਰ ਜਨ ਕੋ ਆਪ ਦਾ ਨਿਕਟ ਨਿਆਵੇ, ਪੂਰਨ ਦਾਸ ਕੇ ਅਨਕ ਵਿਧੀ ਸਮਝਾਵੋ, ਹਮ ਅਗਿਆਨ ਹਮ ਅਗਿਆਨ ਅਲਪ ਮਤ ਥੋੜੀ ਤੁਮ ਆਪ ਫਿਰ ਦਰਖਾਵੋ, ਹਮ ਅਗਿਆਨ ਅਲਪ ਮਤ ਥੋੜੀ ਤੁਮ ਆਪ ਫਿਰ ਦਰਖਾਵੋ।